ਮੈਂ ਬੱਕਰੇ ਵਾਸਤੇ ਘਾਹ ਚਾਹ ਤੇ ਵੇਨੀ ਪਈ ਆਂ ਠੀਕ ਹੈ ਤੂੰ ਰੈਡੀ ਤੇ ਚਾਹ ਤੇ ਆਵੀਂ ਭਈ ਅੱਬਾ ਵੈਸੇ ਵੀ ਰਸਤੇ ਚਾਹੁੰਦਾ ਪਏ ਤੇ ਨਾਲ ਘਾਹ ਚਵਾ ਗਿੰ ਸੀ ਅੱਛਾ ਪੁੱਤਰ ਅੱਛਾ ਸਿੱਧਾ ਘਰ ਜੁ ਲਈ ਆ ਹਾਂ ਹਾਂ ਬਸ ਮੈਂ ਬੱਕਰੀਆਂ ਨੂੰ ਘਾਹ ਸੱਟਣ ਵੇਨੀ ਪਈ ਆਂ ਸਹਿਲੇ ਨਾਲ ਬੱਟਾ ਮਾਰਨ ਨਾ ਖਾੜ ਵੰਜੀ ਨਹੀਂ ਬੱਟਾ ਮਰੇਂਦੀ ਅੰਮਾ ਸਹੀ ਘਾਹ ਕਪੀਜ ਗਏ ਇਤਨੀ ਦੇਰ ਲਾ ਦਿੱਤੀ ਸਵੇਰ ਦਾ ਮੈਂ ਘਾਹ ਕਪੀ ਤੇ ਬੈਠੀਆਂ ਥਈ ਓ ਨਾਜ਼ੋ ਧੀ ਕਰੇ ਗਈ ਹੈ ਨਾਜ਼ੋ ਬੱਕਰੀਆਂ ਕਿਤੇ ਘਾਹ ਚਾ ਤੇ ਗਈ ਹੈ ਸਵੇਰ ਦਾ ਬਾ ਬਾ ਲਈ ਖੜਿਆ ਹਨ ਬੱਕਰੀਆਂ ਤੂੰ ਪਤਾ ਨਹੀਂ ਕਿੱਥਾ ਵੰਤ ਬਹਿ ਤੇ ਨਹੀਂ ਉਹ ਕੋ ਤੂੰ ਕੱਲਾ ਭੇਜ ਦੇਵੀਂ ਤੇ ਨਾਲ ਵੰਜਿਆ ਵੀ ਆਪ ਬਸ ਇਹ ਹੁਣ ਚਵਾ ਤੇ ਜੁਲੂ ਚਲੋ ਚਲੋ ਕਿਤਨੀ ਦਫਾ ਕੇ ਨਿਜ਼ਾਮੀ ਤੂੰ ਇਵੇਂ ਮੇਰੀ ਰਹਾਇਸ਼ ਨਾ ਖੜਾ ਕਰ ਹਰ ਵੇਲੇ ਸਦਕੇ ਥੀ ਮਾਂ ਗਾਲ ਤਾਂ ਸੁਣ ਮੇਰੀ ਨਾਜ਼ੋ ਮੋਬਾਈਲ ਖਿੰਦੇ ਬੰਦਾ ਛੋਟੀ ਮੋਟੀ ਗਾਲ ਮੋਬਾਈਲ ਤੇ ਕਰ ਖਿੰਦੇ ਅੱਛਾ ਖਿੰਦੇ ਸਾ ਬਾਬਾ ਮੋਬਾਈਲ ਤੇ ਕੋ ਖਿੰਦੇ ਸਾ ਤਾਂ ਪਿਆ ਚੁੱਪ ਕਰ ਕੋਈ ਦੇਖ ਗਿਨ ਸੀ ਰੋਣਾ ਪੈਵੇ ਸੀ ਕੋਈ ਨਹੀਂ ਦੇਖਦਾ ਗਾਲ ਤਾਂ ਸੁਣ ਮੇਰੀ ਠੀਕ ਹੈ ਸ਼ਾਮ ਕੋ ਮੈਂ ਕਾਠਿਆ ਚਾਵਣਾ ਸਾ ਉਥਾਂ ਵਾਲਾ ਮਿਲਦੇ ਹੈ ਠੀਕ ਹੈ ਮੈਂ ਵਾਲਾ ਤੁਸੀਂ ਲੱਕੜੀ ਦੇਮ ਸਾ ਖੜਦੀ ਨਹੀਂ ਸ਼ਾਲੀ ਮਾਰ ਗੰਦੀ ਫੇਦੀ ਐਵੇਂ ਥੱਕ ਪਈਆਂ ਢੇਂਗ ਸਾਰਾ ਘਾਹ ਕਪੀਆ ਮਾਜ ਚਲੋ ਚਲੋ ਤੇਰੀ ਮਿਹਰਬਾਨੀ ਹੈ ਮਲ ਹੁਣ ਕੈ ਕੌਣ ਕਰੇ ਚਲੋ ਇਹ ਮਾਲ ਦੀ ਧਾ ਬਣ ਗਿਆ ਤੂੰ ਪਤਾ ਨਹੀਂ ਅੱਜ ਕਿੱਥਾ ਰਹਿ ਗਈ ਬਸ ਯਾਰ ਉਹ ਮਹਿਮਾਨ ਆ ਗਏ ਮੈਂ ਉਥੋਂ ਫਸ ਗਿਆ ਸੋਹਣੀ ਲੱਗਦੀ ਬੈਠੀ ਅੱਜ ਹਾਂ ਇਹੋ ਕੁਝ ਆਖ ਤੇ ਨਾ ਬਚ ਵੈਂਦੀ ਮੇਰੇ ਕੰਨੋਂ ਇਹੋ ਨਾ ਅੜੀ ਨਾ ਜੋ ਮੇਰੇ ਨਾਲ ਤਾਂ ਲਾ ਕੀ ਹੈ ਮੈਂ ਤੇਰਾ ਲਾ ਸੁਣਨ ਕਿਤੇ ਸਿੱਖਦਾ ਵਤਾ ਮੇਰੀ ਜਿੰਦ ਨਿਜ਼ਾਮੇ ਮੇ ਘਾਦੇ ਵੀ ਠੇਕ ਕੰਮ ਹੁੰਦੇ 100 ਕੰਮ ਛੋੜ ਤੇ ਮੇ ਕੋ ਆਉਣਾ ਪੁੱਤ ਤੱਕ ਮਿਲਣ ਹੂੰ ਮਲੇ ਆਖਾ ਕੇ ਉੱਠੀ ਕਰ ਲੱਕੜੀ ਬੱਕਾ ਠਾ ਕਰਨਾ ਸਾ ਹੂੰ ਮਲੇ ਆਲੇ ਸੋ ਹੁਣ ਅਲੇ ਦੀ ਨਹੀਂ ਕੋਈ ਦੇਖ ਕਿਨ ਸੀ ਛਰਕਾ ਸੱਟੇ ਸੀ ਮਨਾ ਪਿਉ ਤੇ ਕੋ ਵੀ ਤੇ ਨਾਲ ਮੇ ਕੋ ਵੀ ਓ ਕੋਈ ਨਹੀਂ ਅੰਦਾ ਤੇ ਕੋ ਇੱਕ ਡਰ ਲੱਗਾ ਰਹੇ ਵੰਦੇ ਮੇ ਕੋ ਆਦੀ ਉੱਥਾ ਪੋ ਜੁੱਥਾ ਪੋ ਮੈਂ ਹੁਣ 1 ਘੰਟੇ ਤੋਂ ਖਣਾ ਤੇਰੇ ਲੱਕੜੀ ਚਾਵਣ ਦੇ ਇੰਤਜ਼ਾਰ ਜੋ ਕਹਿੰਦੇ ਲੈ ਅੰਸ ਦੇਖ ਜੋ ਮੈਂ ਆਖਿਆ ਮੇਰੇ ਵਾਸ ਮੋਬਾਈਲ ਖੇਨਾ ਕਿਉਂ ਨਹੀਂ ਖੇਨਾਇਆ ਹਾਏ ਮੋਬਾਈਲ ਆਖੇ ਤੇ ਕੋ ਖਿਨਾ ਦੇ ਸਾਂ ਪਰ ਕੀ ਵੇ ਗਾਲ ਕਰੇ ਸੇ ਮੈਂ ਤੇਰੇ ਨਾਲ ਨਾ ਸਵੜ ਚ ਨਾਲ ਲੋਕ ਲੋਕ ਗੱਲ ਹੀ ਕਰੇ ਸਾਂ ਇਹਦਾ ਮਤਲਬ ਹੈ ਮੋਬਾਈਲ ਤੋਂ ਗਿਨਵਾ ਦੇ ਬਾਹਣ ਹਾਂ ਦੇ ਨਾ ਕਰ ਚਲ ਤੂੰ ਹੁਣ ਨਾ ਵਨ ਚਾਚਾ ਵੇਨਾ ਵੇਨਾ ਨਹੀਂ ਮੈਂ ਤੂੰ ਡਰਾਈ ਵਧੀ ਰਾਨੀ ਮੈਂ ਕੋਈ ਮੈਂ ਡਰਾ ਡਰਾ ਅੱਜ ਮੇਰੇ ਜਿੰਦ ਕੜੇ ਸੇ ਮੇ ਕੋ ਡਰ ਲਗਾ ਖੜੇ ਜਵਾਨਾ ਤੂੰ ਮਰਵੇ ਸੇ ਠੀਕ ਹੈ ਬਲਾ ਹਾਂ ਬਲਾ ਮਿਲ ਸੁ ਵਨ ਨਿਜ਼ਾਮ ਨਹੀਂ ਵਨ ਕਹਿ ਕਰ ਖਿਲੋ ਤਾ ਸਹੀ ਯਾ ਸਹੀ ਠੀਕ ਸਹੀ ਅਲਹਮਦੁਲਿਲਾ ਤੂੰ ਆਈ ਸੁਣਾਓ ਬਲਾ ਕਿਆ ਅਗਲੇ ਜਾੜੇ ਕਿਆ ਅਗਲੇ ਜਾੜੇ ਕਿਆ ਅਗਲੇ ਜਾੜੇ ਉਹ ਲੱਕੜੀ ਦੇ ਨਾਲ ਕਿਆ ਲੱਕੜੀ ਦੇ ਨਾਲ ਲੱਕੜੀ ਦੇ ਨਾਲ ਮੋ ਯਾਰ ਮਨ ਵਾਂ ਤਾਂ ਠੀਕ ਹੈ ਨਾ ਤਾਂ ਮੈਂ ਦੱਸ ਰਿਹਾ ਸਾਂ ਕਿਆ ਮਨ ਵਾਂ ਇਵੇਂ ਲੱਕੜੀ ਦੇ ਨਾਲ ਬੁਝਾਰ ਤਾਂ ਬੁਝੇਂਦਾ ਬੈਠੀ ਦੱਸ ਲੁਕਦਾ ਕਿਉਂ ਬੈਠੀ ਕੱਲੇ ਬੈਠੂੰ ਕੱਲੇ ਤਾਂ ਬੈਠੂੰ ਮੈਂ ਤਾਂ ਤੂੰ ਆ ਮਨ ਵਾਂ ਮੈਂ ਦੇਖ ਕੇ ਦੇਮ ਤਕੂੰ ਕਿਆ ਦੇਖ ਕੀਤੀ ਮੈਂ ਕਿਆ ਕੀਤੇ ਉਹ ਛੂਰ ਨਾਲ ਨਾ ਖੜਾ ਵੇ ਕਿਹੜੀ ਉਹ ਗੇੜੀ ਵਾਲੀ ਥੀ ਕਿਹੜੀ ਗੇੜੀ ਵਾਲੀ ਉਹ ਕਿਹੜੀ ਗੇੜੀ ਵਾਲੀ ਥੀ ਨਾਜ਼ੋ ਨਾਜ਼ੋ ਆ ਤਾਂ ਕਿਆ ਹੈ ਨਾਜ਼ੋ ਕੋ ਉਹਦੇ ਨਾਲ ਨਾ ਖੜਾ ਵੇ ਤੂੰ ਮੈਂ ਹਾਂ ਉਹ ਅੰਦਾ ਥੀ ਮੈਂ ਕਿਤੂ ਡੇ ਕੀਦੀ ਮੈਂ ਕਿਨਾਂ ਖੜਾ ਹਾਂ ਮੈਂ ਖੋਦ ਰਹੀ ਠੇਮਾ ਭਾਈ ਓਏ ਰਾਂਡੇ ਓਏ ਰਾਂਡੇ ਤੂੰ ਆ ਤਾਂ ਆਪਣਾ ਨਵਾਂ ਵਾਲਾ ਸ਼ੋਸ਼ਾ ਛੁੜੇ ਨਾ ਪਈ ਚਲੋ ਕਹਿ ਨਹੀਂ ਮਨੇ ਦਾ ਪਿਆ ਉਹ ਕਹਿ ਨਹੀਂ ਮਨੇ ਕਿੱਥਾ ਮੈਂ ਕੱਢਣ ਦੀ ਗੱਲ ਹੈ ਬਲਾ ਯਾਰ ਤੂੰ ਹਾਂ ਮੈਂ ਇੱਕ ਕੱਲ ਦੀ ਗੱਲ ਹੈ ਮੈਂ ਖੋਦ ਰਹੀ ਠੇਮ ਭਾਈ ਯਾਰ ਤੇ ਕੋ ਹਾਂ ਹਾਂ ਚੱਕਰ ਹੈ ਮਰ ਤੂੰ ਦੱਸੀ ਨਾ ਅੱਲਾ ਵਾਸਤੇ ਮਤ ਉਹ ਨਾ ਹੋਵੇ ਵਸਤੇ ਸਪੀ ਕਰ ਚਾਹ ਦੇ ਬਜੇ ਮਦਾ ਨਹੀਂ ਦੇਸੇਂਦਾ ਮੈਂ ਯਾਰ ਦਾ ਨਾ ਤੂੰ ਯਾਰ ਹੈ ਮੇਰਾ ਮੇ ਕੋ ਅਸਲ ਜੁੰਦ ਨਾਲ ਪਿਆਰ ਬਹੁ ਹੈ ਯਾਰ ਬੜੀ ਚੰਗੀ ਲੱਗਦੀ ਹੈ
दूसरे लूसी बनया वदी या ओ भी तेरा प्यार करंदी है? नो नो ओ था तू मेरे करू ढेर करंदी है मेरे नाल। अच्छा हां बरल करे ख्याल क्या उदा पियो जरा गैड़ी आई। हां ई गैड़ी गैड़ पा दे सी। ना ना अल्लाह करम करे से तै जे यार मेरे नाल होन मैं कु डरण दी क्या लोड़ है। मैं जे यार क्या मतलब है, मैं क्या करा, मैं खल्ले खावणे नु कोनो खल्ले नी खावणे भला अभी बंदा चलो एक बे नाल सलाह मशवरा दा कर गिंदे। यार मैं एक तेरे नाल मशवरा करना पूछ। हां बंदा समझदार लगदी तू यार, मेरे को मिल नहीं सकदी की थई मैं यक्का पिछू भजदा वदा, कहीं मिले खा करेंदी वदी है, कहीं मिले बर्तन धोएंदी वदी है, कहीं मिले जिथा वदी है, मैं पिछू भाज भाज थक्या वदा। मिल नहीं से सकदे पे ना खोलते गाल थी सकदी है, मशवरा दे में यार कोई खोल खोला ते गाल थी वे ना। हाय हाय मजा आवे से मशवरा ता देखो मैं देवा, लेकिन हे थोड़ा जा महंगा। क्या महंगा है? मैं पता क्या दे? हां वो को मोबाइल घिना दे। वही होता ओ आ दिए मोबाइल घेंदे ते घेंदे में बलन ना हो भाई, इमे घर दे विच ओ पकड़ी जपो भाई, मैं खा मखा वाला मैं इमे रगड़या वजा। ओ नहीं पकड़ी दी तू घेंदे। अच्छा ओए आजकल दौर ही मोबाइल दई। अच्छा इमे तो लूसी बणया वदे के मले उड़े में के मले उड़े में जे मले मोबाइल होसे। हां आप राज तक कहानी करी जो। ए मैं दा दिल वडा करेंदे ओ बोले बैठी ते मैं सुना बैठा बस। बस वाला ई होय तरीका ही, चुप कर दे हमको मोबाइल घिना दे, ओ बोले बैठी तू सुन बैठा। ए सदके मने मेरे ते कान में ठरसन बैठे ठरसन। देख मोबाइल घिना दे बस कोई घेंदे मां। हां काल करी यार छोटा जा मोबाइल घिना दे बेतना 2000 वाला 2500 वाला बस। हां ना ना मोबाइल त मैं 2000 दा घिना दे मां। सांप सके ना वाला है ना ओ सांप गिरसे, लेकिन तेरी शक्ल कह नहीं 10000 वाले मोबाइल दी। तू वा देख भाई ते खुद सामने सारे खोल बानी ते मेरे को पता है ना तेरी पोजीशन दा भी। दे दे मां मोबाइल दे दे बस। गारंटी है? गारंटी है दे। काल करी यार ते गाल सुन। हां बड़ा मोबाइल ना देवी। अच्छा हां मतलब पूत जा दे दे मेरे को तू। अच्छा बड़ा मोबाइल संभाल के ना सकसे, छोटा मोबाइल उसे ना इधर लुका भी सकती हो। ए पत्ते दी गाल कीती यो मेरे सेने नाम दा प्याज तेरे सेने च आ गए। ए गरवाल ताद ते मु बड़ा सब समझदार रही मेरे नाल रासी तई में मौजा मरे सी। अच्छा हां हां यार पास मेरी पारा तई भाई में गाली में इमे आपा से चराए बने बस आपर गाल आपा से चराए वेसी। ठीक है लेकिन एक शर्त थी। ओ क्या? मैं कुछ चाह पिलाई भी रखी तू। चाह तू जितना मर्जी पी, मैं तेरे की तो आप होटल खोल दे सागर ना सो पीते तू एक कुछ करे नहीं था। मैं नहीं करना ताए करना जो ही करना है। हां मशवरे चंगे देवी मशवरे आप चंगे दे सो। ठीक है चल भाई चलो होटल पे। वाह वाह अच्छा मेरी मम पहलो दे दे यार दे दे। ठीक है दे दे पीऊं वाला मीठी वैसी। गन गन हिम्मत कर ये काई नहीं ताड़ी बैठा रांदी मैं को काम करण दी ताकि केरे ताना सही ते को ना ताना का थी घर च बैठी है हस्ता लाना कर ओ थी ओड़े था धोनी बैठी है सवेर दा चादी ते बैठी थे चोखा खबड़ वट गई थी ओ ढेर सारा वट गई बस ये थोड़ा जा पेई हो वाला वट गई ना ते वाला खट को शुरू कर दे सुना वाण खिल सब कुछ ना कुछ खट टेंशन ना के तू ही ता त्रिछा जड़े ये गिंदी चाती नहीं तेरे को बनाने च पीएम जी भाई अबे गैड़िया बिया पता है क्या पंजवीं गिनती है। अच्छा नाजो धी दे नाज किते बड़े नहीं पईया माशाल्लाह माशाल्लाह ते मैं भी ते नाजो धी दी नाज जड़ी जड़ी कट पई है। हां हूं ते किते वा होने ना बैठा। चलो जल्दी यो कर घेन ते वाला शारू वन ते घ्यू घे ना घ्यू मुका पे। ओ परसु तो घेने हो मुकी गे परसु क्या एक पा थैली दी घेन ते आया हां मैं सदके सदके ओ पा है घुटियां भरे नहीं क्या? हां घुटियां भरे नहीं क्या जेड़े वेले देखो हूं वाले यो को जगह से घुटियां भरे नहीं क्या आप कई चक्कर वाल कुन्नी। अच्छा ए ही हुन मैं करा तो बा भाई पा सारा घंटे हम दे आ करनी है साहब में दिखाओ वेच सटो ना ऊ देखो तो सवेरे के से ताल में भोन में खवा मैं को। हां तो मेरी खिदमत करे से तो ना तो वक्ती बुढलाती वेसा जवानी दराज ये देसी घी देड़े पराठे में को लाती घणी ये में को मजे करवाई करे नहीं उडड़े थी वेन तेरे दुश्मन हाय। क्या है क्या वस्ते आया खड़ी तोहफा तोहफा के नया तो क्या तोहफा है? रख जाए थिंग मैं चाह गई इंसान मुझे सद के मिला किलो तो सही नाजो जी अम्मा पुत्र चौकी दे रहे आ चाह बड़ा दे। हां हां अम्मा बड़ा दे दिया बड़ा दे दिया।
ਦਾ ਪੱਤਾ ਹੀ ਕੀ ਹੈ ਇਹਦਾ ਮਿਕਵਾਤ ਉਹ ਚਾਚਾ ਗੈੜੀ ਨਹੀਂ ਹਾਂ ਹੁੰਦੀ ਦੂਦੀ ਦੀਦੇ ਲੂਸ ਮਰੇਂਦਾ ਵਦੇ ਕੋਣੀ ਦਾਮੀ ਜੀ ਆ ਓਏ ਨਾ ਕਰੋ ਯਾਰ ਨਾ ਯਾਰ ਮੈਨੂੰ ਪਤਾ ਹੈ ਓਏ ਕਹਿ ਨਹੀਂ ਸ਼ਰੀਫ ਆਦਮੀ ਤੂੰ ਹੁੰਦੇ ਉਤੇ ਇਲਜ਼ਾਮ ਲੈਦਾ ਪਈ ਮੈਂ ਕੋਨ ਦੇ ਪੱਕਾ ਸ਼ੱਕ ਹੈ ਯਾਰ ਓਏ ਕਹਿ ਨਹੀਂ ਯਾਰ ਮੈਂ ਉਹਦੀ ਕਸਮ ਚਾਹਨਾ ਬਿਲਕੁਲ ਸ਼ਰੀਫ ਆਦਮੀ ਨਹੀਂ ਦਾਮੀ ਦਾ ਉਹ ਯੂ ਤੇ ਹੈ ਹੀ ਕਹਿਣਾ ਮੇਰਾ ਯਾਰ ਹੀ ਨਾ ਮੈਂ ਤੇਰਾ ਯਾਰ ਆ ਯਾਰ ਹੁੰਦੇ ਹੁਣ ਨਜ਼ਰ ਰੱਖੀ ਠੀਕ ਹੈ ਮੈਂ ਹੁਣ ਤੇ ਨਜ਼ਰ ਰੱਖਣੇ ਸਾ ਮੈਂ ਜੋ ਨਜ਼ਰ ਰੱਖਾ ਹੁੰਦੇ ਤੇ ਕੀ ਮਸਲਾ ਹੈ ਅਮਾ ਮੇਰੀ ਚਾਚੇ ਗੈੜੀ ਦੇ ਘਰੋਂ ਮੇਰੇ ਵਾਸਤੇ ਰਿਸ਼ਤਾ ਮੰਗਦੀ ਪਈ ਹੈ ਤੇਰੇ ਵਾਸਤੇ ਰਿਸ਼ਤਾ ਮੰਗਦੀ ਪਈ ਵਾਹ ਯਾਰ ਵਾਹ ਵਾਹ ਤਾਂ ਖੁਸ਼ ਨਸੀਬ ਹੀ ਉਸਤਾਦ ਬਾਰਲ ਤੂੰ ਬੇਫਿਕਰ ਹੈ ਨਿਜ਼ਾਮੀ ਇਹੋ ਜਿਹਾ ਕਹਿਣ ਵੀ ਨਾ ਜੋ ਚੰਗੀ ਛੋਕਰੀ ਹੈ ਇਹੋ ਜਿਹੀ ਕਹਿਣੀ ਹੋ ਵਾਹ ਖਿਆਲ ਕਰੀ ਤੂੰ ਹੁਣ ਉਹਦੇ ਨਜ਼ਰ ਰੱਖੇ ਮੈਂ ਨਜ਼ਰ ਰੱਖੀ ਵਦਾ ਤੂੰ ਬੇਫਿਕਰ ਹੈ ਮੈਂ ਉਹਦੇ ਉੱਤੇ ਵੀ ਉਹਦੇ ਉੱਤੇ ਵੀ ਤੂੰ ਹੀ ਤੇ ਨਜ਼ਰ ਰੱਖੇ ਸਾ ਮੈਂ ਠੀਕ ਹੈ ਠੀਕ ਹੈ ਬਾ ਸ਼ਾਦੀ ਦੇ ਤੇ ਕੋ ਤੂੰ ਮੇਰਾ ਯਾਰ ਹੈ ਮੈਂ ਤੇ ਕੋ ਪਹਿਲੇ ਸੜੇ ਸਾ ਪਹਿਲੇ ਕੀ ਬਲਕਿ ਮੈਂ ਸ਼ਾਦੀ ਕੋ ਨੂੰ ਡਾ ਜਣ ਪਹਿਲੇ ਆ ਪਹਿਲੇ ਆ ਵਜੇ ਓਕੇ ਠੀਕ ਹੈ ਤੂੰ ਟੈਨਸ਼ਨ ਨਾ ਗੇਨ ਮੇਰੀ ਨਜ਼ਰ ਉਹਨਾਂ ਨੂੰ ਹੀ ਦੇ ਉੱਤੇ ਹੀ ਹੋ ਬਾ ਠੀਕ ਹੈ ਓਕੇ ਠੀਕ ਤੂੰ ਘਬਰਾਉਣਾ ਨਹੀਂ ਕਹਿਣਾ ਕਹਿਣਾ ਹਾਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਨਾਲ ਮੈਂ ਸ਼ਾਦੀ ਕਰੇ ਸਾ ਔਰ ਇਨਸ਼ਾਅੱਲਾ ਧੁਮਾ ਹੋਸਨ ਇੱਥੇ ਵਸਤੀ ਚਲੋ ਚਲੋ ਠੀਕ 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 ਬਾ ਠੀਕ ਹੈ ਦੇਖੋ ਯਾਰ ਮੇਰੀ ਸ਼ਕਲ ਤਾਂ ਬਿਲਕੁਲ ਹੀਰੋ ਵਾਲੀ ਕਾਰ ਹੈ ਫਿਲਮ ਵਾਲੇ ਦੇ ਉੱਤੇ ਮੇਰੀ ਨਜ਼ਰ ਕਿਉਂ ਨਹੀਂ ਵੈਂਦੀ ਪਈ ਮੈਂ ਵੀ ਕੋਈ 8-10 ਫੋਟੋ ਛਿੱਕ ਤੇ ਨਾ ਅੱਜ ਫੇਸਬੁੱਕ ਤੇ ਲੈਂਦਾ ਤਾਂ ਕਿ ਮੈਂ ਕੋਈ ਦੇਖੇ ਤੇ ਫਿਲਮ 'ਚ ਗਿਣੇ ਆਪਣਾ ਹੀ ਨਾਂ ਬਣ ਵੈਸੇ ਫਿਲਮ 'ਚ ਇਹ ਜਿਹੜੇ ਫਿਲਮ ਹੀਰੋ ਹਨ ਇਹ ਕਿਹੜਾ ਸੋਹਣੇ ਮੈਂ ਤਾਂ ਇਹਨਾਂ ਨੂੰ ਦੇਖ ਸੋਹਣੇ ਆਹ ਆਏ ਹਾਏ ਹਾਏ ਇਹ ਦੇਖ ਸੁਭਾਨ ਅੱਲਾ ਸੁਭਾਨ ਅੱਲਾ ਸ਼ਾਇਦ ਸਾਹਿਬ ਤੁਹਾਡੀ ਸ਼ਕਲ ਤਾਂ ਸੁਭਾਨ ਅੱਲਾ ਤੁਹਾਡੇ ਜੇ ਹਸੀਨ ਉਹ ਜਮੀਲ ਲੜਕਾ ਫਿਲਮ ਵਾਲੇ ਕੋ ਲੱਭ ਪਵੇ ਤਾਂ ਫਿਲਮਾਂ ਹਿੱਟ ਥੀ ਵਜਨ ਆਹਾ ਠੀਕ ਹੈ ਓ ਸਹੀ ਮੈਂ ਕਿੱਥਾ ਕਿੱਥਾ ਲੱਭ ਤੇਂਦਾ ਪਿਆ ਵਾ ਇਹਦੇ ਬੈਠੀ ਪਿਆ ਤੇ ਮੈਂ ਕਿਰੇ ਬਾਵਾ ਵਾਹ ਵਾਹ ਕਿਤੀ ਵਦੀ ਕਿਉਂ ਕੀ ਆਇਆ ਤੈਨੂੰ ਪਤਾ ਆਪਣਾ ਟਿਕਾਣਾ ਹੀ ਹੋਈ ਵਾਹ ਟਿਕਾਣਾ ਹੀ ਹੋਏ ਹਾਂ ਸਾਲਾ ਕੋ ਚੰਦਰੇ ਬੰਦੇ ਨਾਲ ਕੰਮ ਹੀ ਨਾ ਪਵੇ ਹਾਂ ਚੰਦਰੇ ਬੰਦੇ ਕੋ ਚੰਦਰੇ ਬੰਦੇ ਕਨੇ ਕੰਮ ਹੀ ਨਾ ਪਵੇ ਇਹ ਕਿਆ ਕਰਨਾ ਬੈਠੀ ਸੈਲਫੀਆਂ ਬਣਦਾ ਪਿਆ ਤੇ ਹੀਰੋ ਦੀ ਬਣਾ ਤੂੰ ਆਪਣੀ ਕਿਆ ਕਿਤੇ ਬਣਦਾ ਬੈਠੀ ਤੇ ਹੀਰੋ ਮੈਂ ਤਾਂ ਹਾਂ ਵਾਹ ਸਦਕੇ ਵਣਿਆ ਆਪ ਖਾਲੀ ਖੁਸ਼ ਤਾਂ ਬੈਠੀ ਹੀਰੋ ਐਡੇ ਬੜਾ ਦੇ ਕੇ ਹੀਰੋ ਵਾਲਾ ਮੂੰਹ ਹੀ ਮੈਂ ਹੁੰਦੇ ਤੇਰਾ ਮੂੰਹ ਹੈ ਹੀਰੋ ਵਾਲਾ ਹਾਂ ਨਾ ਸੀ ਤੇਰਾ ਹੈ ਜਿਹੜਾ ਮੌਤ ਦੇ ਖੂਤੇ ਨੱਚਣ ਵਾਲੇ ਹੁੰਦੇ ਮੈਂ ਜਿਹੜਾ ਮੋਬਾਈਲ ਨਹੀਂ ਸਾੜਨਾ ਆਪਣਾ ਭਾਈ ਮੇਰੇ ਅੱਛਾ ਸੁਣਾ ਸਹੀ ਤੂੰ ਸੁਣਾ ਮੈਂ ਕੁਛ ਛੋੜ ਤੂੰ ਮੈਂ ਦੇ ਮੌਜਾ ਲੱਗਿਆ ਫਿਰ ਨਾ ਕਰ ਭਾਈ ਜਾਨ ਸਾਰੀ ਸਾਰੀ ਰਾਤ ਫੋਨ ਤੇ ਗੱਲ ਹੀ ਥੀ ਦੇ ਇਹ ਜਾ ਜਾ ਥੀ ਦੇ ਜੋ ਮਜ਼ਾ ਆਵੇ ਤੇ ਵਾ 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 ਉਹਦਾ ਮਸ਼ਵਰਾ ਦੇ ਉਸਤਾਦ ਮੈਂ ਗੱਲ ਸੁਣ ਮੇ ਕੋ ਇੱਕ ਪਹਿਲੇ ਤੇਰੇ ਮੈਂ ਸਫਾਇਆ ਕਿੱਥਾ ਕਿਤਾ ਦੇਵਾਂ ਮੈਂ ਕੋਈ ਦੱਸ ਪਹਿਲੇ ਵਾਤ ਕੀ ਥੀ ਗੇ ਹੈ ਤੂੰ ਹੀ ਹੋ ਜੇ ਕੰਮ ਨਾ ਕਰੇ ਤਾਂ ਨਾ ਮੈਂ ਕੋ ਸਫਾਇਆ ਦੇਣਾ ਪਵੇਂ ਕੀ ਦਿਆ ਸਫਾਇਆ ਨੇ ਨਾ ਵਦੀ ਇਹ ਮੈਂ ਆਸਾਨ ਚੜੇ ਨਾ ਪਈ ਮੇਰੇ ਉੱਤੇ ਮੈਂ ਆਸਾਨ ਨਹੀਂ ਚੜਨਾ ਪਿਆ ਹਾਂ ਮੈਂ ਕੋ ਪਤਾ ਹੈ ਨਾ ਤੇਰਾ ਤੂੰ ਹੀ ਮੈਂ ਛੋੜ ਯਾਰ ਬੰਦਾ ਲੁਕ ਲੁਕਾ ਦੇ ਕੰਮ ਕਰਨ ਦੇ ਤੇ ਤੂੰ ਹੁਣ ਸ਼ਰਿਆਮ ਸ਼ੁਰੂ ਥੀ ਗਈ ਵਲਾ ਉਹ ਕਿਹੜਾ ਸ਼ਰਿਆਮ ਸ਼ੁਰੂ ਥੀ ਗਿਆ ਦੀਨ ਦਾ ਸਿਰੇ ਬਸ ਸਵੇਰੇ ਹੀ ਮੈਂ 10 ਮਿੰਟ ਦੀ ਗੱਲ ਦੁਪਾਰੇ ਕੋ ਥੀਂਦੀ ਹੈ 25 ਮਿੰਟ ਜਾਂ ਸ਼ਾਮ ਕੋ ਕਰੇਂਦੀ ਹੈ ਮੈਂ ਅੱਧਾ ਘੰਟਾ ਜਾਂ ਰਾਤ ਦਾ 3 ਘੰਟੇ ਕਰੇ ਨੂੰ ਉਹ ਨਹੀਂ ਖਿਜ਼ਰ ਨਹੀਂ ਖਿਜ਼ਰ ਕਿਹੜਾ ਖਿਜ਼ਰ ਆਪਣਾ ਹਮਸਾਇਆ ਹਾਂ ਉਹ ਮੇਕ ਮਿਲਿਆ ਹਵੀ ਕੱਲ ਉਹ ਕੀ ਆਖੇ ਉਹ ਮੇ ਕੋ ਆਕੇ ਸੇ ਨਿਜ਼ਾਮਾਂ ਨੂੰ ਸਮਝਾ ਹੁੰਦਾ ਨਿਕਾਹ ਥੀ ਨਾ ਪਿਉਂ ਦੇ ਨਾਲ ਵਹਿ ਕਹਿਣਾ ਹੁੰਦੇ ਨਾਲ ਨਿਕਾਹ ਥੀ ਨਾ ਪੇ ਅੱਛਾ ਤੂੰ ਕੋ ਵਾਲਾ ਕੋ ਸਮਝਾਇਆ ਹੈ ਮੈਂ ਤਾਂ ਕੋ ਸਮਝਾ ਮੈਂ ਕਿ ਉਹ ਤਾਂ ਬਿਲਕੁਲ ਸ਼ਰੀਫ ਆਦਮੀ ਹੈ ਨਿਜ਼ਾਮਾਂ ਉਹ ਤਾਂ ਇਹੋ ਜਿਹਾ ਹੀ ਕਹਿਣਾ ਵਾਹ 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 ਯਾਰ ਮੈਂ ਕੀ ਕਰਾਂ ਤੇਰਾ ਸਾਥ ਨਹੀਂ ਬਣਾਣਾ ਮੈਂ ਤਾਂ ਹੁਣ ਆਪਾ ਠੀਕ ਹੈ ਬਲਕਿ ਹੂੰ ਕਹੂੰ ਤਾਂ ਕੋ ਖਟਾ ਕਰੇ ਸੀ ਕੋ ਉਹ ਐਦਾ ਤੂੰ ਬੇਫਿਕਰ ਹੈ ਅੱਛਾ ਮੈਂ ਤਾਂ ਹੂੰ ਕੋ ਤੂੰ ਤਸੱਲੀ ਦਿੱਤੀ ਐਵੀਂ ਵਾਹ ਵਾਹ ਹਾਂ ਮੈਂ ਹੂੰ ਕੋ ਕਿਣ ਨਿਜ਼ਾਮਾਂ ਤਾਂ ਹੂੰ ਕੋ ਆਪਣੀ ਫੇਰ ਸਮਝ ਨਾ ਦੋ ਕੀ ਕੋ ਨਾ ਦੋ ਕੋ ਉਹ ਚਾਲ ਵੇ ਕਿ ਤੂੰ ਸਮਝ ਆਖਣਾ ਪੰਦੇ ਉਹਦੇ ਸਾਹਮਣੇ ਹੀ ਹੈ ਕਿਉਂ ਆਖਣਾ ਪੰਦੇ ਅਚਲ ਕਰੇ ਨੂੰ ਪਿਆਰ ਕਰੇ ਨੂੰ ਪਿਆਰ ਹੈ ਬਸ ਅਜੇ ਤੂੰ ਪਿਆਰ ਕਰੇ ਨਹੀਂ ਨਾ ਮੈਂ ਹੁਕਮ ਆਖਰ ਤੇ ਮੈਂ ਫੇਰ ਸਮਝ ਦੇ ਤੈਂ ਤਾਂ ਕਹਿ ਸੁਣਿਆ ਹਾਂ ਮੈਂ ਤਾਂ ਕਹਿ ਨਹੀਂ ਸੁਣਿਆ ਹਾਂ ਪਰ ਠੀਕ ਹੈ ਹੁਣ ਤੂੰ ਤਾਂ ਸੁਣ ਵੇਂਦਾ ਬੈਠੀ ਮੈਂ ਕੋ ਤੂੰ ਮੈਂ ਕੋਈ ਨਾ ਸੁਣਵਾ ਬਸ ਤਾਂ ਸਾਰਾ ਜਿਵੇਂ ਇਸ਼ਕ ਵੇਂਦਾ ਪਏ ਵੰਜਣ ਦੇ ਇਸ਼ਕ ਤੋਂ ਵੰਜਣ ਦੇ ਜਿਹੜੇ ਵੇਂਦਾ ਪਏ ਠੀਕ ਹੈ ਲੇਕਿਨ ਇਹੋ ਜਿਹਾ ਗੱਲ ਕਰਨਾ ਪੰਮ ਦੇ ਅੱਛਾ ਹਾਂ ਅਗਲੇ ਦੇ ਉੱਤੇ ਬਲਾ ਇਹ ਛੱਕੇ ਨਹੀਂ ਪੰਮਦਾ ਨਾ ਹਾਂ ਤਸੱਲੀ ਉਹ ਕੋ ਤਸੱਲੀ ਥੀ ਗਈ ਹੁਣ ਉਹ ਤਸੱਲੀ ਥੀ ਗਈ ਬਾਹਰ ਮੈਂ ਕੋ ਯਕੀਨ ਨਹੀਂ ਵਾਰਤੇ ਇਹੋ ਜੀ ਕੋਈ ਗੱਲ ਕਹਿਣੀ ਨਿਜ਼ਾਮਨ ਸ਼ਰੀਫ ਆਦਮੀ ਹੈ ਤੂੰ ਹੁਣ ਦੀ ਤਰਫ ਬੇਫਿਕਰ ਰਹਿ ਯਾਰ ਤੇਰੇ ਕਿਹੜੇ ਕਿਹੜੇ ਅਸਾਨੇ ਨੇ ਮੈਂ ਬਦਲੇ ਲਾਏ ਸਾਂ ਯਾਰ ਬਸ ਵਾ ਯਾਰ ਇਹ ਤੇਰੇ ਇਤਨਾ ਸਿਆਣਾ ਤੂੰ ਹੈ ਕਿਵੇਂ ਹੀ ਕਿਵੇਂ ਕੀ ਮਤਲਬ ਹੈ ਓਏ ਅਸਾਂ ਸ਼ੁਰੂ ਕੋਲ ਸਿਆਣੇ ਸੇ ਸ਼ੁਰੂ ਕੋਲ ਆਪਣਾ ਕੰਮ ਹੀ ਹੋਆ ਮੇ ਕੋ ਹੁਣ ਤੇਰੇ ਨਾਲ ਵਾਪ ਹੈ ਨਾ ਮੇ ਕੋ ਹੁਣ ਪਤਾ ਲੱਗੇ ਜੋ ਤੂੰ ਤਾਂ ਸੋਏ ਸਿਆਣਾ ਜੋ ਆ ਨਹੀਂ ਕੀ ਮਤਲਬ ਹੈ ਯਾਨੀ ਸਿਆਣਾ ਜੋ ਆ ਨਹੀਂ ਚੰਗੀ ਗੱਲ ਹੀ ਕਰੇ ਨਹੀਂ ਨਾ ਦੇਖੋ ਕਿਵੇਂ ਉਹ ਕੋ ਖਬਰ ਕਰ ਗਈ ਦੀ ਜੀ ਆ ਜੀ ਆ ਮੈਂ ਖੁਸ਼ ਹੁਣ ਆ ਭਾਈ ਖੁਸ਼ ਹਾਂ ਆਪਾਂ ਸ਼ੁਰੂ ਕੋਲ ਸਿਆਣੇ ਸੇ ਹਾਂ ਇਹ ਸਾਰੇ ਮਸ਼ਵਰਾ ਲੋਕ ਮੈਂ ਕੋ ਗਿੰਦੇ ਨਹੀਂ ਹੋ ਜੇ ਅੱਛਾ ਜੀ ਆ ਇਹ ਚੰਦਰੇ ਕੰਮ ਸਾਰੇ ਤੂੰ ਕਰੇ ਨਹੀਂ ਉਹ ਕਿਹੜੇ ਚੰਦਰੇ ਮੇਰਾ ਮਤਲਬ ਹੈ ਲੋਕਾਂ ਦੇ ਨਾਲ ਪਿਆਰ ਸ਼ਾਇਦ ਤੂੰ ਤੂੰ ਬਣਵੇਂ ਨਹੀਂ ਹਾਂ ਆਪਾਂ ਹੀ ਬਣੇ ਨੂੰ ਤੇ ਲੋਕ ਨਹੀਂ ਬਣਵਾ ਰਹੇ ਹਾਂ ਵੇਲਾ ਬੰਦਾ ਹੀ ਇੰਜਾ ਸੋਚਾ ਆ ਸਕਦੇ ਨੇ ਵਾਹ ਯਾਰ ਤੂੰ ਕਿਹੜਾ ਮੈਂ ਡਾਕਟਰ ਲਗਾ ਪਤੀ
ਮਾ ਯਾਰ ਕੀ ਕਰੂ ਯਾਰ 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 ਦੇ ਕੰਮ ਆਉਂਦੇ ਨਾ ਹਾਂ ਇਹ ਨਹੀਂ ਦੇ ਕੰਮ ਬੋਲਾ ਆਪਣਾ ਵੀ ਕੰਮ ਚੱਲਿਆ ਪਿਆ ਖਾਵਣ ਪੀਵਣ ਸ਼ਾਮਣ ਮਿਲ ਵੇਂਦਾ ਆਪਾਂ ਨੂੰ ਖਾਤ ਲਿਖਣ ਆਪਾਂ ਨੂੰ ਚੋਕਾ ਟਾਈਮ ਲੱਗਦਾ ਅੱਛਾ ਹਾਂ ਖਾਵਣ ਦੇ ਪਿੱਛੋਂ ਭਾਵੇਂ ਕਹੀਂ ਨਾ ਘਰ ਬਰਬਾਦ ਕਰ ਰੱਖੇ ਕਿਉਂ ਬਰਬਾਦ ਕਰ ਰੱਖੂ ਯਾਰ ਅਸਾਂ ਤਾਂ ਮੁਹੱਬਤ ਵਾਲੇ ਲੋਕ ਹਾਂ ਮੈਂ ਜੇ ਕੋਈ ਖਾਤ ਲਿਖਦੇ ਰਹਿਤੇ ਨਾ ਹੁਣ ਦੇ ਨਾਲ ਛੁਬਰ ਇਹ ਵੀ ਫਸ ਗਿਆ ਵੀ ਮੈਂ ਚੁਟਕੀ ਐ ਤੇਰੇ ਨਾਲ ਓਏ ਮੇਰੇ ਨਾਲ ਨਾ ਹੁੰਦੇ ਨਾਲ ਅੱਛਾ ਹੁੰਦੇ ਨਾਲ ਮੈਂ ਕਿ ਖਾਤ ਜੋ ਤੂੰ ਲਿਖਦਾ ਵੇਂ ਮੈਂ ਕਿ ਸ਼ਾਇਦ ਬਲ ਤੇਰੇ ਨਾਲ ਫਸ ਨਾ ਨਾ ਮੈਂ ਨਾ ਤਾਂ ਹੁੰਦਾ ਲਿਖੇ ਨਾਮ ਦਾ ਯਾਰ ਆਪਣਾ ਕਿ ਲਿਖੇ ਨਾਮ ਅੱਛਾ ਤੇ ਵਣ ਗੋਵੇ ਦਾ ਅੱਛਾ ਯਾਨੀ ਤੂੰ ਹੀ ਚੰਦਰਾਏ ਦੇ ਵਿੱਚ ਪੀਐਚਡੀ ਕੀਤੀ ਵਦੀ ਓ ਆਪਾਂ ਤੇਰੇ ਉਸਤਾਦ ਐ ਸੇਮ ਆਪਲੇ ਵਾਹ 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 ਠੀਕ ਹੈ ਬਲ ਠੀਕ हेलो क्या ही निजामी ते को कितनी दफा के नी को फोन ना किता कर रात को किता कर हुन की में सुना हा निजामी अम्मा ही घरे अब्बा ही घरे पागल थी गई तू एक गाल कहनी निजामी मैं भी तेरा ढेक प्यार करनी लेकिन मजबूरी है अच्छा तू कला प्यार करनी अच्छा रात को गाल करे सो तफसील नाल तू पकड़ वैसे मे को अम्मा बा घर बैठे हुन बस नागो अम्मा से नहीं पई ओके बात इत कर करे सो जी अम्मा जी अरे उत्ते क्या करण गई आवे ओ अम्मा मैं उत्ते देखण गई मैं सोचे सफाई कर गई ना क्या जरूरत है उत्ते सफाई करण दी अम्मा ढेक गंद पिया हा छत ते अरे उत्ते हुन कौन वन ते देख दे अच्छा ठीक है अम्मा अच्छा हम जल्दी कर रोटी पका मैं भूख लगी है मेरा हाँ गिरता पे हाँ मम्मा मैं हूँ बढ़ाते आई हूँ आज जल्दी कर पी उतर यहाँ वाला है ठीक है तुमने कहा था जिस मौसम में फूल खिलेंगे उस मौसम में मैं वल्लाऊंगी आए हाय वल्लाऊंगी वाह 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 फूल सोने लगते ने पीले आदन पीला फूल नफरत की निशानी होती है ते गुलाबी फूल होते मोहब्बत की निशानी मैं इन्हें रंग करवा गिन सा चलो वाह 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 वा, क्या यो क्या पागल थिया वदी फूल वदा पटेनी हो पासु में दिल करना पे मैं के फूल पड़ते अब हम कहीं दी मशहूर कुड़े सु कहीं दी मशहूर हां यानी आप जोगे कहवे कहीं को कहीं ना सेट मदे करवे दो सारी जिंदगी ओ यार मैं तेको बनाड़ था कोल दस्ता अच्छा तू बोला अपनी मशहूर कुड़े नहीं ओ यार मैं तेरे कने बड़ा अहम काम आया यार अरे क्या थी ये बताऊं वो यार क्या थी मने मैं कड़ण दाऊं दे पिछू पिया वदा मैं के यार मेको मिल यार वो मिलन कनु डर दिए आके ना मैं मिल नहीं मिल सकदी ओ तेला प्यार के नहीं करेंदी वाला वाह 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 इमे प्यार कहनी ओ मेरी आवाज सुनन किते सिख दिए वदी 24 घंटे आजकल तो सारे फोन ते गरदाल पे करन एक मिनट नहीं रांदी मेरे बगैर आवाज सुने अच्छा हां और तू क्या चांदी यार मैं आदा यो मिल पमू ना मेरा बड़ा दिल करंदे हर बारी कोई ना कोई बहाना मार लेंदी है मैं नहीं आ सकदी मेरा मां पियो सखते क्या थी सी मैं नहीं मिलदी यार ए कोई एंजा मशवरा दे उस्ताद साहिबा मैं तो को पग बदवेसा वदी तू क्या चाहती के ओ ते को मिलन आवे या तू देखने मिलन वने ओ यार कहीं तरह में भावे मैं मन्या या भावे उहा आवे कहीं ना कहीं तरीके नाल संजोक बड़े सही काम है थोड़ा जा औखा अच्छा अगर ओ कर सके ता ओ करे से मैं करना हूं है अच्छा हां लेकिन आखणा को तय ओ कोई मसला नहीं मेडा हर आख्या मने दियो सिवाय मिलन दे अच्छा मैं ता हुन मिल पऊ यार थे घर साथी के मिल पऊ से गाल सुन हां के कुछ कहने मैं अच्छा मैं कोई अंदा सोना कितना यार अच्छा अच्छा गाल सुन नेंद्रा वाला गोला गिरले ठीक है खीर दे वे सड़ते मां पियो को पिला रहे ना ना क्या ना ना ओए ना ना गोला में खाम खाओ चार बजे ढेग नेंद्रा आवे सवेरे वाला पकड़ी जावे हम पर ढेग नेंद्रा नहीं हमदी ना हां गोले ज्यादा ना देवे ना बस अच्छा एक या दो गोले कन उतना देवे बस अच्छा हां उधर सिर्फ आराम नाल के छावे दिए अच्छा हां कुछ नहीं थी ना सुकून नाल सोते पेरा सुकून नाल सो भोजन तो सा अपना मिलो अच्छा मिल गिन सो दिल बात घिनसी हुआ बस ये होते ना मसला तू को समझाऊं को अगर तेरा प्यार करें दियो तो वाला वो तेरी गाल दो आवे से ना ई में कई बे कहूं तू पहले की थी या बे कोई फसवे ना कई दफा था खड़े यार यो कोई तू डर ना कोई नहीं ना अच्छा हां मां पे को गोलियां दे दे बे हाँ। ओ सुते पे रासा रे मिल गिन मिल गिन सो ए बाबा बात कर बात ओ मेन काम दी गाल तो मैं भूल गया केड़ी गोलियां मेरे कने किथु हम सन गेन हो ए मसला तेरा मैं हल करा तो यार मैं की में गिनसा मेडिकल स्टोर वाले बात ना मिले सन ऑक्सन छे नशे ले गोलियां खम दे भाई यार ए भी तेरा मसला मैं हल कर लेना वाह वाह मेरे कने गोलियां पेन तू क्या करते रखी वदी बहन गोला छोड़ ए ना पूछा कर तू बोला
ਜਾ ਗਾਲ ਦੇ ਵਿੱਚ ਗਾਲ ਲੱਕੜੀ ਕਰ ਠੀਕ ਜੇ ਮੈਂ ਗਾਲ ਕਰ ਦੇਵਾਂ ਤੂੰ ਓਕੇ ਬੌਸ ਠੀਕ ਹੈ ਬੌਸ ਠੀਕ ਹੈ ਓਕੇ ਹਾਂ ਜਦੋਂ ਬਲ ਤੱਕ ਮੈਂ ਕੋਲ ਆ ਜਾ ਰਿਹਾ ਬਾਬਾ हाँ निजामी हाँ ठीक हाँ तू सुना दिल तो मेरा भी बूम कर दे पर किवें मिला हाये निजामी क्या दसा अम्मा तो मैं कभी बाहर निकला नहीं रही ना बाबा ना मेरे को डर लग गए मेरे माँ प्यो मर पे तो क्या थी सी गाल को बस मैं गोलियां नहीं लेती निपटा लेते हाय प्यार तेरे नाल ठीक करेंगी हाँ मेरा तो दिल करेंगे और दे तेरे को लाव ना दसा टाइम ते किवें आवा मजबूरी है अच्छा अल्लाह जरूर मिलवे से क्यों जगह नहीं करें आप क्या मैं तेरे डांट तो नहीं मिलती अच्छा हूँ तो बंद कर मत अब माँ बाप ठीक हो गए बाद में कॉल कर सो अच्छा निजामी डी को फोन ना किता कर हम माँ बाप बैठे होंगे ते कान मेरे कोल होंगे यक्का जड़ वेले मेरे को मौका मिलता रहा सी ना मैं खुद तेरे नाल गाल कर किंदी रहा सा बार बार तेरे फोन आंदे डी को ही ना होवे जो कि थी मोबाइल ही पकड़ा वने सौत्र और रह सुसैन होने की शादी मैं वाला उड़ी वेला पिया डू जाने रासा उठाई घर दी पारा तही नाजो दी ना ख्याल रखी डैडी तू बिल्कुल बेफिक्र थी वानी मैं घर हां ना चलो चलो माशाल्लाह माशाल्लाह हेलो हां निजामी हां मैं ठीक हूं गाल सुनो अब्बा घर कहनी अब्बा के शादी थे ओवल सी कल मैं ते अम्मा घर कल्ले से तू जल्दी जल्दी गोलियां गिनते ना दीवार ते रख दे मैं चाह गिनता मैं अम्मा को गोलियां लेनी आ तू मेरे को लखन वनी आते हाँ ठीक है हाँ अम्मा मेरी मिठी अम्मा उठी दूध पी गए रख छोड़ी था मैं पी घिंदिया ठीक है अम्मा वन थावे को सांप गए नहीं वे खिंडे ना पेरा मैंने हाँ ठीक है अम्मा अच्छा ठीक है
सुंदी पे वे हां हां वो तो सोम बहुत हुई भी होना ठीक है अम्मा ढेर रात थी दिए सोम हेलो नाजो हाँ निजामी सुना गोलियां नहीं रहती गोलियां नहीं रहती मैं थोड़ी देर कर सबर कर नींद आवने आंधी आवला मैं आवेंगी जरा सबर कर अम्मा को नींद आवने पक्की तरह की जले सुन सी सुमा में सी कौन क्यों जाग दी बतिए अच्छा डेढ़ बजे मैं निकल सा ना इतनू मैं तेरे को मैसेज कर दे सा ठीक है चलो चलो ठीक है हाँ मैसेज तक करी क्या है अम्मा है पुत्र खंग थी गए पता नहीं क्यों रात देख थी गए फोम पो पुत्र नींद नहीं आती भाई आज अम्मा सुन सो तो आसी नींद हाँ पुत्र मैसेज आ गई अम्मा को नींद नहीं आती भाई क्यों नींद नहीं आती भाई गोलियां कैन भी दित्तियां समझ नहीं आती भाई गोलियां तो नहीं दित्ता मैं अम्मा को हाँ खीर भी पीता अच्छा एक गाल मेरे कान खोल के तू सुन गेन अगर आज मेरे को नहीं मिलती ना मैं सारी जिंदगी तक ना मिल सा तू साले कनु यार मेरे को तू लारे लई बदी बस आज दी रात ही बस ता मिलने यार मजबूरी है और तेरे आखी ते मैं गोलियां ता दित्ते मी अम्मा नहीं सुती इंदे च मेरा क्या कसूर है कसूर ता उंदा भी कोई कह नहीं दू साल तू शोदा मेरे पीछू रुलदा वदे आज ते मैं को जरूर मिलसा भावे कुछ भी थी बने हाय बिचारा मेरे नाल बहुत सच्चा प्यार करेंदे मैं भी तो उंदे बगैर नहीं रह सकती ना ਦੇ ਘਰ ਚ ਜਵਾਨ ਧੀ ਹੋਵੇ ਉਹ ਮਾਂ ਕੋ ਭਲਾ ਕਿੱਥੋਂ ਨਿੰਦਰ ਆਉਂਦੀ ਹੈ ਮੇਰੀ ਧੀ ਇਹ ਰਾਤ ਦੇ ਅੰਧਾਰੇ ਚ ਤੂੰ ਇਤਨਾ ਵੱਡਾ ਕਦਮ ਕਿਉਂ ਪੀ ਜਾਂਦੀ ਆਈ ਤੂੰ ਸਿਰਫ ਇੱਕ ਕਦਮ ਬਾਹਰ ਨਹੀਂ ਜਾਂਦੀ ਪਈ ਇਹ ਦਰਵਾਜ਼ਾ ਤੂੰ ਟਪਸੇ ਤਾਂ ਇਵੇਂ ਸਮਝ ਆਪਣੇ ਮਾਂ ਪਿਓ ਦੀ ਇੱਜ਼ਤ ਕੋ ਪੇਰੇ ਦੇ ਤਲੇ ਲਤਾੜ ਤੇ ਵੇਦੀ ਪਈ ਆਈ ਮੇਰੀ ਧੀ सारा पता है ओ मिनल मुंह प्यार करें दे मेरी धी एक की हो जा प्यारे जेड़ा रात दे अंधारे ते कुछ हद ते मिलदा पे ए प्यार कहनी ए हवा से सच्चा प्यार ता ओ होंदे जेड़ा चिट्टे दींदा शेरिया लिकार आवे ते को अपनी इज्जत बढ़ावे ते ना रिश्ता मंगे आते अम्मा मैं भी उन दे नाल प्यार करेनी हां दिल तक ले रख तेरे वहां मुंह दे विच पर मैं उच्चा बोल भी तो नहीं सकती जे बस्ती वाले सुन गिदा तो असा तो कहीं को मुंह दिखावण दे कहना रासु इंज चंदी को याद करू वो मैं ओतरा को हां ठीक हां जमण कुन पहले मर क्यों ना गियो केड़े केड़े दर ते वन ते कन मी तक मंगया चोला सी में को औलाद ने वे पर मैं कोई ही नहीं ना बताऊंदा मर बनिया वो चंगा अम्मा मैं उन्दे नाल डे प्यार करनी मैं उन्दे बगैर नहीं रह सकती ठीक है ना जोती साढ़े 20 साल के प्यार शायद कोई कमी रह गई हो से जो ओ, साल 6 महीने च प्यार करन दा इतना भारी थी गए कि साढ़े प्यार दी तो कोई कदर ही कहनी कोई अहमियत ही कहनी तू ही कर ओ कुछ सवेरे सब ओ आवे मेरे नाल गल करे तेरे प्यो को मैं आपे मना गिन सा
रिश्ता मंगे आ तो सारे कनू शरीफ धीरा रात दे अंधेरे च घर कनू बाहर कह नहीं वेंदियां जुल मिद्धी वालेकुम अस्सलाम पुत्र जी लगता तो तुम्हें समझदार है पर ए क्या रात दे अंधारे दे वेच मिलना एक नौजवान छोकरी को सड़ना गोलियां गोलियां साकु रलात देनी पई है अम्मा मैं नाजो नाल ढेर प्यार करे ना पुत्र प्यार तो कह नहीं रात दे अंधारे दे वेच कहीं को सड़ ते मिलना ए प्यार होंदे क्या मैं को ई समझ नहीं है अम्मा मैं ढेर प्यार करे ना ई सो मैं वल इयो बेहतर समझे पुत्र अगर तू प्यार करे नहीं तो तू अपने मां पियो को घेनते आ जड़ा एक शरीयत दा तरीका भी है तू साडे कनु आते नाजो थी दा रिश्ता मांग अम्मा तुम्हारी गल तो ठीक है लेकिन मेरा मां पियो मने सी कहना क्यों कहना मने से ना मैं मासी अपने मामे दी धी नाल मंगया होया मैं उंदे नाल ही शादी करे सा ते उडे जवाब चा दे प्यार तो तू नाजो नाल करेंदी ना वो तो करे ना लेकिन वो मेरा मां पियो कहना मने सी वो उन्हें दी इज्जत दा सवाल है अच्छा ते को अपने मां पियो दी इज्जत दा इतना ख्याल है सुन सुन जेंदी खातिर तू रात दे अंधारे च घर दी दहलीज पे टपदी हावे साकु पूरे जहान च मुंह दिखावण दा कहना रखे हां ऊ को अपने मां पियो दी इज्जत दा इतना ख्याल है ते को असा छोटी जई हां वे ते पाले से तेरे पिछो असा क्या क्या नहीं कीता तेरी परवरिश च कई कमी तक ना कीती हां से ते तू चंद्रा दे पिछो मां पियो दी इज्जत को रोल ते वेंदी पई हां वे तफा थी वानी तू निजामी और तू इतो दफा थी मन नाजो तू तू मेरे नाल प्यार कहन भी करेंदी क्या मैं अपने मां पियो नाल के प्यार कहन नहीं करेंदी जितनी ते को अपने मां पियो दी इज्जत प्यारी है ना मेरे को ही उतनी प्यारी है तो दफा थी तू इतो निकल ना एंदा तू मेरे को अपनी मनोज शक्ल ना दिखावे निकल दफा थी हुन आज कनु बात सकू गली दे बाहर ही ना नजर आवी मेरे को माफ कर दे अम्मा मैं बोल गई हम नाजो सियाने आधेन सवेरे दा भुलिया होया अगर शाम को घर वापस आवजे तो उनको भुलिया कहनी खेंदे मेरी धी देखी धी ए सच्चा प्यार कहनी होंदा ए एक हवा से सच्चा प्यार ता हमेशा माँ पियो अपनी औलाद नाल करें देन जेहे छोटे औलाद को पालते जवान करें देन ते सारी दुनिया कनु वध ते उन्हें को आसाइशां ते सुख देने ते मेरी धी ते तुसा ए समझ गिन देवे कि जेड़े 6 महीने साल च प्यार करें देन ओ शायद सच्चा प्यार करें देन मेरी धी सच्चा प्यार सिर्फ मां प्यो करें दे अपनी औलाद नाल हमेशा उहा औलाद ही चंगी होंदी है जेड़ी अपने मां प्यो दा ख्याल रखे मां प्यो दी इज्जत दा ख्याल करे ए ए सारी हवस होंदी है ए कोई प्यार कह नहीं होंदा अम्मा मैं को माफ कर दे मैं मां प्यो को धोखा देते मैं को अगु भी धोखा मिले बस माफ कर दे अम्मा वक्त ते तेरी आंखें खोल गए मेरे कितने यो ही ढेर है मेरी धी अल्लाह दा लख लख शुक्र है कि अल्लाह सही ने तेरी ते सारी इज्जत रख दी है ते मेरी दुआ है मेरा अल्लाह सही हर धी भेण दी इज्जत को महफूज रखे आमीन खुश खबरी खिलो ते हसो शाला पे बसो खुशियां बहारा कीते थी वो रेडी घेंते आए हां टीवी कॉमेडी साडे यूट्यूब चैनल टीवी कॉमेडी को सब्सक्राइब करो ते घंटी दे बटन को जरूर दबाओ ताकि सारियां रोज दिया वीडियो तुहां तक आसानी नाल पहुंच सके खिलो ते हसो शाला पे बसो खुशियां बहारा कीते थी वो रेडी घेंते आए हां टीपी कॉमेडी